ਸਤਿ ਸ਼੍ਰੀ ਅਕਾਲ ਸਭੀ ਕੋ, ਆਈ ਹੋਪ ਸਭੀ ਠੀਕ ਹੋਵੋਗੇ ਔਰ ਲਾਈਫ ਇੰਜੋਏ ਕਰ ਰਹੇ ਹੋਗੇ। ਤੋ ਆਜ ਮੈਂ ਆਪਕੋ ਲੈ ਕੇ ਜਾ ਰਹਾ ਹੂੰ ਮੇਲੇ ਮੇਂ। ਤੋ ਯਾਰ ਮੈਂ ਕਾਫੀ ਜ਼ਿਆਦਾ ਲੇਟ ਹੋ ਚੁੱਕਾ ਹੂੰ, ਦੋ ਬਚ ਚੁੱਕੇ ਹੈ, ਮਤਲਬ ਪੌਣੇ ਦੋ ਹੋ ਚੁੱਕੇ ਹੈ ਯਹਾਂ ਪੇ, ਇਸ ਲਈ ਹਮ ਸੀਧਾ ਮੇਲੇ ਮੇਂ ਜਾ ਕੇ ਮਿਲਤੇ ਹੈ। ਔਰ ਯਹਾਂ ਪੇ ਮੁਝੇ ਮਿਲਤਾ ਹੈ ਖਾਲਸਾ ਸਰਕਾਰ ਕਾ ਜੋ ਮੈਪ ਹੈ, ਮਤਲਬ ਮਹਾਰਾਜਾ ਰਣਜੀਤ ਸਿੰਘ ਕੇ ਟਾਈਮ ਕਾ ਮੈਪ ਥਾ, ਜੋ ਪੰਜਾਬ ਥਾ, ਜੋ ਯੈਲੋ ਵਾਲਾ ਹੈ ਵੋ ਉਸ ਟਾਈਮ ਕਾ ਪੰਜਾਬ ਥਾ, ਉਸਮੇ ਆਤਾ ਥਾ ਪੇਸ਼ਾਵਰ, ਲਾਹੌਰ, ਮੁਲਤਾਨ ਔਰ ਜੰਮੂ ਕਸ਼ਮੀਰ। ਤੋ ਜੋ ਅਬ ਕਾ ਪੰਜਾਬ ਹੈ ਵੋ ਰੈੱਡ ਵਾਲਾ ਹੈ, ਠੀਕ ਹੈ। ਤੋ ਜੇ ਉਸ ਟਾਈਮ ਕੇ ਸਿੱਕੇ ਖਾਲਸਾ ਸਰਕਾਰ ਟਾਈਮ ਕੇ, ਤੋ ਇੱਧਰ ਫਲੈਗ ਹੈ ਜੋ 50 ਈਅਰਸ ਤੱਕ ਲਾਹੌਰ ਕੇ ਕਿਲੇ ਮੇਂ ਰਹਾ, ਮਤਲਬ ਲਗਾ ਰਹਾ ਲਾਹੌਰ ਕੇ ਕਿਲੇ ਮੇਂ। ਔਰ ਯੇ ਮਹਾਰਾਜਾ ਰਣਜੀਤ ਸਿੰਘ ਹੈ, ਇਨਕੋ ਸ਼ੇਰ ਏ ਪੰਜਾਬ ਵੀ ਕਿਹਾ ਜਾਤਾ ਹੈ। ਔਰ ਇੱਧਰ ਫ੍ਰੀ ਸੇਵਾ ਚੱਲ ਰਹੀ ਹੈ, ਤੋ ਇਨਸੇ ਮੈਨੇ ਪੁੱਛਾ ਪਹਿਲਾਂ ਕਿ ਵੀਡੀਓ ਬਣਾ ਲਓ, ਔਰ ਫਿਰ ਕਹਿੰਦਾ ਕਿ ਬਣਾ ਲਓ, ਕੋਈ ਬਾਤ ਨਹੀਂ ਹੈ। ਯਹਾਂ ਪਰ ਵੀ ਅੰਦਰ ਲੰਗਰ ਚਲਤਾ ਹੈ, ਯਹਾਂ ਪਰ ਕੜਾਹ ਪ੍ਰਸਾਦ ਅਰਦਾਸ ਵਾਸਤੇ ਕੜਾਹ ਪ੍ਰਸਾਦ ਇੱਥੇ ਲਵੇਗੀ। ਮੈਂ ਆਪਕੋ ਅੰਦਰ ਲੈ ਕੇ ਚੱਲਦਾ ਗੁਰਦੁਆਰਾ ਸਾਹਿਬ ਦੇ। ਵਾਹਿਗੁਰੂ ਜੀ, ਕਿੱਥੋਂ ਬਾਬਾ ਜੀ? ਆਪਾਂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਹੜੀ ਜਗ੍ਹਾ ਤੋਂ ਜੀ? ਚੰਡੀਗੜ੍ਹ ਤੋਂ। ਚੰਡੀਗੜ੍ਹ ਤੋਂ ਜੀ, ਠੀਕ ਹੈ। ਅੱਛਾ ਅੱਛਾ ਜੀ, ਹਾਂਜੀ ਹਾਂਜੀ, ਬਹੁਤ ਅੱਛਾ ਇੰਤਜ਼ਾਮ ਹੈ ਯਹਾਂ ਪਰ। ਹਾਂਜੀ, ਬੜਾ ਅੱਛਾ, ਬਾਬੇ ਕੀ ਬਹੁਤ ਪੂਜਾ ਹੈ। ਠੀਕ ਹੈ ਜੀ, ਚੈਨਲ ਤਾਂ ਸਬਸਕ੍ਰਾਈਬ ਕਰਨਾ ਪ੍ਰਭ ਦੜੇ ਵਾਲੀ ਲਈ। ਓਕੇ, ਥੈਂਕ ਯੂ। ਸੁਨਾਤੀ ਬਾਬਾ ਬੁੱਢਦਾਸ ਜੀ, ਤੋ ਭਗਤ ਨਾਮਦੇਵ ਜੀ ਇਨਕੇ ਸਾਥ ਯਹਾਂ ਪੇ ਆਏ ਥੇ, ਤੋ ਮੈਂ ਵੀ ਆਪਕੋ ਅੰਦਰ ਲੈ ਕੇ ਚਲਤਾ ਹੂੰ ਮੰਦਿਰ ਕੇ। ਕਾਫੀ ਅੱਛਾ ਮੰਦਿਰ ਬਣਾ ਹੁਆ ਹੈ ਜੀ, ਤੋ ਅਬ ਮੈਂ ਆਪਕੋ ਭਗਤ ਨਾਮਦੇਵ ਜੀ ਕੇ ਮੰਦਿਰ ਮੇਂ ਵੀ ਲੈ ਕੇ ਚਲਤਾ ਹੂੰ, ਯਹਾਂ ਪੇ ਇਨਕੀ ਸਮਾਧੀ ਹੈ, ਅਬ ਯਹਾਂ ਪੇ ਉਨ੍ਹੋਂਨੇ ਤਪੱਸਿਆ ਕਰੀ ਹੈ, ਵਹਾਂ ਪੇ ਵੀ ਲੈ ਕੇ ਚਲਤਾ ਹੂੰ। ਤੋ ਅਬ ਮੈਂ ਲਾਈਨ ਮੇਂ ਲੱਗ ਚੁੱਕਾ ਹੂੰ ਮਾਥਾ ਟੇਕਣੇ ਕੇ ਲੀਏ। ਤੋ ਆਗੇ ਵੋ ਡੰਡਾ ਲਗਾਇਆ ਹੋਇਆ ਵੋ, ਇਸ ਲਈ ਕਿ ਕੋਈ ਮਤਲਬ ਅੰਦਰ ਜ਼ਿਆਦਾ ਰਸ਼ ਨਾ ਹੋ, ਧੱਕਾ ਮੁੱਕੀ ਨਾ ਹੋ, ਸਿੱਧੀ ਬਾਤ ਹੈ, ਕਿਉਂਕਿ ਲੋਕ ਨਾ ਧੱਕਾ ਪਿੱਛੇ ਸੇ ਧੱਕਾ ਲਗਾਉਣੇ ਲੱਗ ਜਾਂਦੇ ਨਾ। ਪੰਦਰਾਂ ਮਿੰਟਸ ਵੇਟ ਕਰਨੇ ਕੇ ਬਾਅਦ ਮੈਂ ਦਰਵਾਜ਼ੇ ਕੇ ਬਾਹਰ ਆ ਚੁੱਕਾ ਹੂੰ, ਆ ਗਿਆ ਮੈਂ ਡੰਡਾ ਲਗਾ ਹੂੰ। ਹੋ ਗਿਆ।
ਯਾਰ ਭਾਜੀ ਅਜੇ ਕਿਸ ਸਾਲ ਕਰ ਰਹੇ ਹੋਰ ਭਾਜੀ ਕੀ ਨਾਮ ਭਾਜੀ ਆਪਣਾ ਠੀਕ ਆ ਹੋ ਗਿਆ ਭਾਜੀ ਸਾਲੋ ਕੀ ਨਾਮ ਆਪਣਾ ਕਿਹੜੀ ਜਗ੍ਹਾ ਤੋਂ ਜੀ ਅੱਛਾ ਪੀਲੋਵਾਲ ਦਾ ਜੀ ਠੀਕ ਠੀਕ ਚੈਨਲ ਸਬਸਕ੍ਰਾਈਬ ਕਰ ਦਿਓ ਭਾਜੀ ਆਪਣਾ ਪ੍ਰਭ ਦੇੜੇ ਵਾਲੀ ਰੈਡਮੀ ਨੋਟ 11 ਐਸ ਹਾਂਜੀ ਪ੍ਰਭ ਦੜੇ ਵਾਲੀ ਹਾਂਜੀ ਹਾਂਜੀ ਸਭ ਜਗ ਤੇ ਕਰੇ ਨਮਸ਼ਕਾਰ ਉਹਨਾਂ ਨੂੰ ਸਭ ਜਗ ਤੇ ਕਰੇ और यहाँ पे राधा कृष्ण मंदिर ਅਸੀਂ ਮਹਾਰਾਜ ਕੀ ਹਾਲ ਜੀ ਵਧੀਆ ਜੀ ਤੁਸੀਂ ਦੱਸੋ ਜੀ ਬਹੁਤ ਵਧੀਆ ਆਪ ਸੁਣਾਓ ਜੀ ਵਧੀਆ ਜੀ ਕਿਹੜਾ ਚੱਲੀ ਆਪਣਾ ਭਾਈ ਸਾਈਡ ਲੰਗਰ ਹੈ ਯਹਾਂ ਪੇ ਚੱਲ ਰਹਾ ਮੈਂ ਲੰਗਰ ਮੈਂ ਵੀ ਆਪਕੋ ਲੈ ਕੇ ਚਲਤਾ ਹੂੰ ਜੀ ਯਹਾਂ ਕਾ ਲੰਗਰ ਹਾਲ ਹੈ ਲਓ ਸਰ ਠੀਕ ਆ ਇਹ ਲੰਗਰ ਨਾਮ ਦੇਤਾ ਇਹ ਮਾਧੋਪੁਰੀ ਲੁਧਿਆਣਾ ਸੇ ਲੰਗਰ ਆਇਆ ਹੋਇਆ ਔਰ ਉਹ ਵੀ ਲੁਧਿਆਣਾ ਸੇ ਹਰ ਸਾਲ ਦੀ ਤਰ੍ਹਾਂ ਪੰਜਵਾਂ ਲੰਗਰ ਆ ਸਾਡਾ ਬਾਬਾ ਨਾਮਦੇਵ ਜੀ ਦਾ ਲੁਧਿਆਣੇ ਤੋਂ ਆਉਂਦੇ ਹਾਂ ਮਾਧੋਪੁਰੀ ਤੋਂ ਬਾਬਾ ਜੀ ਦੀ ਅਟੂਟ ਕਿਰਪਾ ਸਾਡਾ ਕੇਸਰ ਦਾ ਦੁੱਧ ਮਟਰ ਪਨੀਰ ਛੋਲੇ ਪੂਰੀ ਭਟੂਰੇ ਬੜੇ ਗੱਫੇ ਲੱਗਦੇ ਆ ਬਾਬਾ ਜੀ ਦੀ ਬੜੀ ਮਿਹਰ ਹੈ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਹੈ ਸਾਡੇ 'ਤੇ
ਦਿਨੋ ਦਿਨ ਆਪ ਤੁਸੀਂ ਦੇਖ ਹੀ ਸਕਦੇ ਹੋ ਦੁੱਧ ਦੇ ਕੜਾਹੇ ਲੱਗੇ ਹੋਏ ਆ ਅਤੇ ਕਿੱਦਾਂ ਸੰਗਤ ਸੇਵਾ ਕਰਦੀ ਆ ਉਹ ਕਿੱਦਾਂ ਛਕਦੀ ਪਈ ਆ ਇਹ ਸਾਰੀ ਬਾਬਾ ਨਾਮਦੇਵ ਜੀ ਦੀ ਮੇਰਾ ਬਾਬਾ ਨਾਮਦੇਵ ਜੀ ਦਾ ਬੜਾ ਸਾਡੇ ਸਿਰ 'ਤੇ ਹੱਥ ਰੱਖਿਆ ਹੈ ਅਤੇ ਉਹਨਾਂ ਦੀ ਕਿਰਪਾ ਨਾਲ ਸਾਰਾ ਕੁਛ ਹੋ ਰਿਹਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਸਬਸਕ੍ਰਾਈਬ ਕਰਿਓ ਭਾਅ ਜੀ ਆਪਣਾ ਪ੍ਰਭ ਦੜਿਆ ਲਈ ਹਾਂਜੀ ਹਾਂਜੀ ਆਪਾਂ ਸਾਈਡ ਤੇ ਕਰ ਲਈਏ ਘੱਟ ਭਜਾਇਆ ਕਰੋ ਤੁਸੀਂ ਭਜਾਉਂਦੇ ਬਹੁਤ ਨਹੀਂ ਭਜਾਇਆ ਮੈਂ ਭਾਅ ਜੀ ਦੱਸੋ ਕਦੋਂ ਭਜਾਇਆ ਮੈਂ ਕਦੋਂ ਭਜਾਇਆ ਗੁਰੂਆ ਨਿਕਲੇ ਹਫ਼ਤੇ ਬਾਅਦ ਕਰੋ ਕੋਈ ਗੱਲ ਨੀ ਭਾਜੀ ਓਕੇ ਥੈਂਕ ਯੂ ਭਾਜੀ ਵੀਡੀਓ ਚੱਲ ਰਹੀ ਆ ਹਾਂਜੀ ਹਾਂਜੀ ਮੈਂ ਕਹਿ ਰਹੇ ਥੇ ਆਪ ਬਾਈਕ ਕੋ ਭਗਾਤੇ ਬਹੁਤ ਐਸੇ ਐਸੇ ਕਰਕੇ ਮੈਂ ਕਿਹਾ ਬਾਈ ਆਪਣੇ ਦੇਖਾ ਕੰਮ ਮੇਰੇ ਬਾਈਕ ਭਗਾਤੇ
ਹਾਂਜੀ ਨਹੀਂ ਕੋਈ ਨਹੀਂ ਹੌਲੀ ਹੌਲੀ ਨਿਕਲ ਜਾਣਾ ਜੀ ਹਾਂਜੀ ਯਾਰ ਰਾਸਤੇ 'ਚ ਲੋਕ ਹਟਦੇ ਹੀ ਨਹੀਂ ਹੈ ਸਾਈਡ ਹੀ ਨਹੀਂ ਹਟ ਰਹੀ ਯਾਰ ਕੱਲ੍ਹ ਤੋਂ ਜਬ ਹਮ ਸ਼ਾਮ ਕੋ ਆਏ ਥੇ ਤੋ ਕੱਲ੍ਹ ਆਪਕੋ ਪਤਾ ਹੈ ਯੇ ਰੋਡ ਏਕਦਮ ਖਾਲੀ ਥੀ ਕੋਈ ਰੌਣਕ ਨਹੀਂ ਥੀ ਯਹਾਂ ਪੇ ਲੱਗ ਨਹੀਂ ਰਹਾ ਥਾ ਕਿ ਮੇਲਾ ਹੈ ਹਾਂ ਹਾਂ ਨਹੀਂ ਅਪਲੋਡ ਤਾਂ ਕੱਲ੍ਹ ਨੂੰ ਹੋਣਾ ਹੈ ਹਾਂ ਕੱਲ੍ਹ ਨੂੰ ਜਾਂ ਪਰਸੋਂ ਹੋਣਾ ਹੋਰ ਭਾਜੀ ਕੀ ਹਾਲ ਜੇ ਚੱਲਣ ਡਿਆ ਕੰਮ ਹਾਂਜੀ ਹਾਂਜੀ ਚੱਲਣ ਡਿਆ ਜੇ ਨਹੀਂ ਲਾਈਵ ਨਹੀਂ ਰਿਕਾਰਡ ਕਰਕੇ ਬਣਾਉਣਾ ਹਾਂਜੀ ਹਾਂਜੀ ਰਿਕਾਰਡ ਹੋਣ ਡਿਆ ਚੱਲਣ ਡਿਆ ਹਾਂਜੀ ਹੋਣ ਡਈ ਆ ਸੱਚੀ ਚਲੋ ਠੀਕ ਆ ਭਾਜੀ ਹੋਣ ਡੀ ਕੇ ਚਾਲੂ ਆ ਨਹੀਂ ਨਹੀਂ ਚਾਲੂ ਆ ਹਾਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪਿੰਡ ਦੜੇਵਾਲੀ ਅਤੇ ਹੋਰ ਪਿੰਡ ਜਿਹੜੇ ਆ ਇਹਦੇ ਪਿੰਡ ਕਰਤਾਰਪੁਰ ਖਾਸੀ ਕੋਟਲੀ ਲੇਲ ਬਾਗੇ ਭੋਲ ਜਮਾਲਪੁਰ ਕਰਤਾਰਪੁਰ ਦੜੇਵਾਲੀ ਅਤੇ ਸਮੂਹ ਪਿੰਡ ਦੜੇਵਾਲੀ ਜਿਹੜਾ ਧੰਨ ਧੰਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਜੋ ਅੱਜ 764ਵਾਂ ਜਿਹੜਾ ਹੈ ਜੋਤੀ ਜੋਤ ਦਿਵਸ ਜਿਹੜਾ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਪਿੰਡ ਦੜੇਵਾਲੀ ਬਾਬਾ ਨਾਮਦੇਵ ਜੀ ਦਾ ਜੋ ਲੰਗਰ ਹਾਲ ਤਿਆਰ ਹੋਇਆ ਹੈ ਇਹ ਤਕਰੀਬਨ 2009 ਤੋਂ ਲੰਗਰ ਆਰੰਭ ਕੀਤਾ ਸੀ ਕੁਛ ਗੁਰਮੁਖਾਂ ਪਿਆਰਿਆਂ ਨੇ ਅਤੇ 1700 ਰੁਪਈਏ ਤੋਂ 1710 ਰੁਪਈਏ ਤੋਂ ਲੰਗਰ ਜਿਹੜਾ ਉਗਰਾਹੀ ਆਰੰਭ ਕੀਤੀ ਗਈ ਸੀ ਜੋ ਅੱਜ ਜਿਹੜੀ ਆ 1000 ਤੋਂ ਲੈ ਕੇ ਲੱਖਾਂ ਦੀ 1000 ਤੋਂ ਲੱਖਾਂ ਰੁਪਈਆਂ ਦੇ ਵਿੱਚ ਜਿਹੜਾ ਲੰਗਰ ਤਬਦੀਲ ਹੋ ਗਿਆ ਹੈ ਇਹ ਸਾਰੀ ਦੇਣ ਭਗਤ ਬਾਬਾ ਨਾਮਦੇਵ ਜੀ ਦੀ ਹੈ ਜੋ ਅੱਜ 11 ਤਰੀਕ ਤੋਂ 1 ਤਰੀਕ ਤੋਂ ਜਿਹੜਾ ਹੈ ਲੈ ਕੇ ਨਵੇਂ ਸਾਲ ਵਾਲੇ ਦਿਨ 1-1-2024 ਜਿਹੜਾ ਹੈ ਬਾਬਾ ਨਾਮਦੇਵ ਜੀ ਦਾ ਜਿੰਨੇ ਵੀ ਇੱਥੇ ਸੇਵਕ ਪ੍ਰਧਾਨ ਸੇਵਾਦਾਰ ਨੇ ਪ੍ਰਬੰਧਕ ਨੇ ਸਾਰਿਆਂ ਨੇ ਅਗਰਾਹੀ ਕਰਨ ਤੋਂ ਪਹਿਲਾਂ ਬਾਬਾ ਨਾਮਦੇਵ ਜੀ ਦੇ ਨੱਕ ਨਮਸਤਕ ਦਿਸ਼ੇ ਤਪ ਸਥਾਨ ਘੁਮਾਉਣ ਉੱਥੇ ਮਾਂ ਧੰਨ ਧੰਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦੀ ਆਗਿਆ ਲੈ ਕਰਕੇ ਅਗਰਾਹੀ ਜਿਹੜੀ ਆਰੰਭ ਕੀਤੀ ਜਾਂਦੀ ਹੈ
ਉਸ ਤੋਂ ਬਾਅਦ ਜਿਹੜਾ ਹੈ 11 ਤਰੀਕ ਤੋਂ ਲੰਗਰ ਜਿਹੜਾ ਧੰਨ ਧੰਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦਾ ਆਰੰਭ ਕੀਤਾ ਜਾਂਦਾ ਹੈ। ਇਹ ਇੱਕ ਤਕਰੀਬਨ 11 ਤਰੀਕ ਤੋਂ ਲੈ ਕੇ ਦਿਨ ਰਾਤ 72 ਘੰਟੇ ਇਸੇ ਤਰ੍ਹਾਂ ਜਿਹੜਾ ਹੈ 11 ਤੋਂ 5 ਦਿਨ ਜਿਹੜਾ ਲੰਗਰ ਆ ਗੁਰੂ ਘਰ ਇੱਥੇ ਅਤੁੱਟ ਵਰਦਾ ਹੈ। ਇਹ ਸਾਰੀ ਦਿਨ ਜਿਹੜੀ ਆ ਧੰਨ ਧੰਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦੀ ਹੈ। ਇਸ ਕਰਕੇ ਇਹਦੇ ਲੰਗਰ ਦੇ ਵਿੱਚ ਜਿਹੜੇ ਆ ਸੇਵਾਦਾਰ ਨੇ, ਪ੍ਰਬੰਧਕ ਬੀਬੀਆਂ, ਮਾਈਆਂ, ਭੈਣਾਂ ਅਤੇ ਵੀਰ ਭਰਾ ਜਿੰਨੇ ਵੀ ਮੇਰੇ ਆ, ਸਾਰਿਆਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਧੰਨ ਧੰਨ ਭਗਤ ਬਾਬਾ ਨਾਮਦੇਵ ਜੀ ਨੂੰ, ਸ਼੍ਰੋਮਣੀ ਭਗਤ ਬਾਬਾ ਨਾਮਦੇਵ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਤੇ ਇਹ ਲੰਗਰ ਜਿਹੜਾ ਆਰੰਭ ਕਰਕੇ ਬੜੇ ਪਿਆਰ ਸਤਿਕਾਰ ਦੇ ਨਾਲ ਤਨ ਮਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਸੇਵਾ ਕਰਦੇ ਨਿਭਾਉਂਦੇ ਹਨ। ਇਸ ਲੰਗਰ ਦੇ ਵਿੱਚ ਧੰਨ ਧੰਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਇੱਕ ਇੱਕ ਮਿੰਟ, ਇੱਕ ਇੱਕ 24 ਘੰਟੇ ਹਾਜ਼ਰ ਨਾਜ਼ਰ ਹੋ ਕਰਕੇ ਜਿਹੜਾ ਹੈ ਸੰਗਤਾਂ ਦੀਆਂ ਜੋ ਵੀ ਮਨੋਕਾਮਨਾ ਹੁੰਦੀਆਂ ਨੇ, ਅਰਦਾਸਾਂ ਬੇਨਤੀਆਂ ਹੁੰਦੀਆਂ ਨੇ, ਇਹ ਸਾਰੀਆਂ ਅਰਦਾਸਾਂ ਜਿਹੜੀਆਂ ਇੱਕ ਸਾਲ ਤੋਂ ਪਹਿਲਾਂ ਜਿਹੜੇ ਆ ਪ੍ਰਵਾਨ ਹੁੰਦੀਆਂ ਨੇ। ਜਿੰਨੇ ਵੀ ਗੁਰਮੁਖ ਪਿਆਰਿਆਂ ਨੇ ਅਰਦਾਸਾਂ ਬੇਨਤੀਆਂ ਕਰਾਈਆਂ ਨੇ, ਕੋਈ ਵਿਦੇਸ਼ਾਂ ਜਾਣ ਵਾਸਤੇ, ਕੋਈ ਦੇਹ ਰੋਗਤਾ ਤੰਦਰੁਸਤੀ ਵਾਸਤੇ, ਜਾਂ ਕੋਈ ਮਨੋਕਾਮਨਾ ਜਿਹੜੀ ਹੈ ਸੰਪੂਰਨ ਹੁੰਦੀ ਹੈ, ਇੱਥੇ ਬਾਬਾ ਨਾਮਦੇਵ ਦੀ ਬੜੀ ਕਿਰਪਾ ਹੈ। ਲੰਗਰ ਦੇ ਵਿੱਚ ਇਹਦੇ ਵਿੱਚ ਲੰਗਰ ਦੇ ਵਿੱਚ ਜਿਹੜੀਆਂ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਰੋਹ ਵਾਲੀ ਖੀਰ ਅਤੇ ਦਹੀਂ ਭੱਲੇ ਅਤੇ ਗਰਮਾ ਗਰਮ ਜਿਹੜੀ ਆ ਜਲੇਬੀ ਆ ਅਤੇ ਹੋਰ ਚਾਹ, ਲੌਂਗ ਲੈਸੀਆਂ ਵਾਲੀ ਸੁੰਡ ਵਾਲੀ ਚਾਹ ਅਤੇ ਚਾਹ ਦੇ ਨਾਲ ਜਿਹੜੇ ਗਰਮਾ ਗਰਮ ਬ੍ਰੈਡ ਪਕੌੜੇ, ਗੋਭੀ ਵਾਲੇ, ਪਨੀਰ ਵਾਲੇ ਪਕੌੜੇ, ਪਾਲਕ ਵਾਲੇ ਪਕੌੜੇ ਅਤੇ ਸਬਜ਼ੀਆਂ ਜਿਹੜੀਆਂ, ਇਸਦੇ ਵਿੱਚ 36 ਪ੍ਰਕਾਰ ਦੇ ਭੋਜਨ ਜਿਹੜੇ ਤਿਆਰ ਹੁੰਦੇ ਨੇ। ਇਹਨਾਂ ਦੇ ਵਿੱਚ ਸਬਜ਼ੀਆਂ, ਸ਼ਾਹੀ ਪਨੀਰ, ਖੁੰਬਾਂ ਦੀ ਸਬਜ਼ੀ ਆ, ਮਿਕਸ ਸਬਜ਼ੀ ਆ, ਸਰ੍ਹੋਂ ਦਾ ਸਾਗ ਵੀ ਨਾਲ ਬਣਦਾ, ਮੱਕੀ ਦੀ ਰੋਟੀ ਬਣਦੀ ਆ ਅਤੇ ਹੋਰ ਬੇਅੰਤ ਪ੍ਰਕਾਰ ਦੀਆਂ ਜਿਹੜੀਆਂ ਛੋਲੇ, ਪਨੀਰ ਆ, ਦਹੀਂ ਭੱਲੇ, ਖੀਰ ਆ ਅਤੇ ਦੁੱਧ ਦੀ ਖੀਰ ਜਿਹੜੀ ਆ, ਬਦਾਮਾਂ ਕਾਜੂ ਵਾਲੇ ਸੌਗੀ ਵਾਲੀ ਖੀਰ ਜਿਹੜੀ ਆ, ਉਹ ਉੱਪਰ ਬਹੁਤ ਸਾਰੀਆਂ ਪ੍ਰਕਾਰ ਦੀਆਂ ਸਬਜ਼ੀਆਂ ਇੱਥੇ ਜਿਹੜੀਆਂ ਦਿਨ ਰਾਤ ਜਿਹੜੀਆਂ ਚੱਲਦੀਆਂ ਨੇ ਅਤੇ ਤਕਰੀਬਨ ਜਿਉਂ ਵੀ ਇੱਥੇ ਲੰਗਰ ਆਰੰਭ ਕੀਤਾ ਜਾਂਦਾ ਹੈ ਅਤੇ ਰਾਤ ਦਿਨ ਲੰਗਰ ਜਿਹੜਾ ਹੈ 24 ਘੰਟੇ ਲੰਗਰ ਚੱਲਦਾ। ਜਦੋਂ ਵੀ ਕੋਈ ਸੰਗਤ ਇੱਥੇ ਲੰਗਰ ਛਕਣ ਆਉਂਦੀ ਹੈ, 12 ਵਜੇ 1 ਵਜੇ ਵੀ ਆਉਂਦੀ ਹੈ ਨਾ, ਸੇਵਾਦਾਰ ਹਾਜ਼ਰ ਨਾਜ਼ਰ ਸਮਝ ਕੇ ਡਿਊਟੀਆਂ ਆਪਣੀਆਂ ਨਿਭਾ ਰਹੇ ਹਨ ਅਤੇ ਕੋਈ ਵੀ ਜਿਹੜਾ ਇੱਥੇ ਲੰਗਰ ਛਕਣ ਤੋਂ ਬਗੈਰ ਨਹੀਂ ਜਾਂਦਾ। ਅਤੇ ਇਹ ਸਾਰੀ ਦੇਣ ਭਗਤ ਬਾਬਾ ਨਾਮਦੇਵ ਦੀ ਦੇਣ ਹੈ। ਹੋਰ ਜਿੰਨੀ ਵੀ ਇਹਦੀ ਉਸਤਤ ਕੀਤੀ ਜਾਵੇ ਧੰਨ ਧੰਨ ਭਗਤ ਬਾਬਾ ਨਾਮਦੇਵ ਦੀ, ਜਦੋਂ ਵੀ ਮਹਾਰਾਸ਼ਟਰ ਚੋਂ ਨਸਰੀ ਬਾਹਮਣੀ ਤੋਂ ਜਦੋਂ ਇੱਥੇ ਚੱਲ ਕੇ ਪੰਜਾਬ ਪਹੁੰਚੇ ਤਾਂ ਇਹਨਾਂ ਨੇ ਪਿੰਡ ਰਾਮਪੁਰਾ ਭੂਤ ਪਿੰਡ ਤੋਂ ਜਿਹੜਾ ਬਾਬਾ ਬੋੜਦਾਸ ਜੀ ਜਿਹੜਾ ਉਹਨਾਂ ਨਾਲ ਲੈ ਕੇ ਇਹਦੇ ਇੱਥੋਂ ਹੁੰਦੇ ਆ, ਬਾਬਾ ਦੜੇ ਵਾਲੀ ਜਿਹੜਾ ਹੈ ਇੱਥੇ ਵੀ ਚਰਨ ਬਾਬਾ ਨਾਮਦੇਵ ਨੇ ਪਾਏ, ਤਾਂ ਇੱਥੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਚੱਲਦਾ ਹੈ। ਇੱਥੋਂ ਹੁੰਦੇ ਹੋਏ ਬਾਬਾ ਨਾਮਦੇਵ ਜੀ ਜਿਹੜਾ ਤਪ ਸਥਾਨ ਘੁਮਾਣ ਵਿਖੇ ਤਪੱਸਿਆ ਕੀਤੀ ਆ ਬਾਬਾ ਨਾਮਦੇਵ ਜੀ ਨੇ। ਇਹ ਸਾਰੇ ਦੇਣ ਜਿਹੜੀ ਆ, ਸਾਰੀ ਕਿਰਪਾ ਜਿਹੜੀ ਆ ਭਗਤ ਬਾਬਾ ਨਾਮਦੇਵ ਦੀ ਹੈ ਅਤੇ ਲੋਕ ਵੀਰ ਸੰਗਤਾਂ ਜਿਹੜੀਆਂ ਬਾਬਾ ਨਾਮਦੇਵ ਨੂੰ ਇੱਥੇ ਲੰਗਰ ਦੇ ਵਿੱਚ ਹਾਜ਼ਰ ਨਾਜ਼ਰ ਸਮਝਦੇ ਨੇ। ਇੰਨੀਆਂ ਕੁ ਬੇਨਤੀਆਂ ਨੇ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।